ਅਸਲਾਮੁਅਲੈਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਅਜਮਲ ਸ਼ਾਹ ਅਤੇ ਤੁਸੀਂ ਵੇਖ ਰਹੇ ਨੇ ਅਜਮਲ ਟੀ ਵੀ ਹਾਸਿਲਪੁਰ। ਅਤੇ ਦੋਸਤੋ, ਅੱਜ ਅਸੀਂ ਲੁੱਡਣ ਮੰਡੀ ਅਤੇ ਲੁੱਡਣ ਮੰਡੀ ਲੱਗਦੀ ਹੈ ਬਹੁਤ ਦਲੇ ਦਿਨ, ਬਿਲਕੁਲ ਬਹਾਵਾ ਲੁੱਡਣ ਸ਼ਹਿਰ ਦੇ ਬਿਲਕੁਲ ਨਜ਼ਦੀਕ ਲੱਗਦੀ ਹੈ ਕਰਮਪੁਰ ਰੋਡ 'ਤੇ, ਅਤੇ ਬਹੁਤ ਦਲੇ ਦਿਨ ਲੱਗਦੀ ਹੈ, ਹਫ਼ਤੇ 'ਚ ਇੱਕ ਦਫ਼ਾ ਲੱਗਦੀ ਹੈ। ਅਤੇ ਗੁਜ਼ਾਰਿਸ਼ ਹੈ ਕਿ ਜਿੰਨਾ ਦੋਸਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰ ਦਿਓ, ਨਾਲ ਘੰਟੀ ਵੀ ਦਬਾਓ ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਆਸਾਨੀ ਪਹੁੰਚਦਾ ਰਹੇ। ਅਤੇ ਇਨਸ਼ਾਅੱਲਾ ਮੁਨਾਸਿਬ ਰੇਟ ਵਾਲੀਆਂ ਪੱਠਾਂ, ਬੱਕਰੀਆਂ, ਹਰ ਜਾਨਵਰ ਇਨਸ਼ਾਅੱਲਾ ਮੁਨਾਸਿਬ ਰੇਟ ਵਾਲੇ ਆਉਂਦੇ ਨੇ, ਉਹਨਾਂ ਦੀ ਇਨਸ਼ਾਅੱਲਾ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਂਦੀ। ਬਈ ਅਕਸਰ ਬਈ ਵਟਸਐਪ ਗਰੁੱਪਾਂ 'ਚ ਖਰੀਦਦੇ ਨੇ, ਉਹਨਾਂ 'ਚ ਫਰਾਡ ਹੋ ਜਾਂਦਾ, ਫਿਰ ਕਹਿੰਦੇ ਨੇ ਅਜਮਲ ਬਾਈ ਫਲਾਣੇ ਬੰਦੇ ਸਾਡੇ ਨਾਲ ਧੋਖਾ ਕਰ ਲਿਆ। ਕੋਸ਼ਿਸ਼ ਕਰੋ, ਜਿਹੜਾ ਬੰਦੇ ਯੂਟਿਊਬ 'ਤੇ ਨੰਬਰ ਪੈਂਦੇ ਨੇ ਉਸੇ ਨਾਲ ਰਾਬਤਾ ਕਰੋ, ਤਾਂ ਕਿ ਸਾਨੂੰ ਪਤਾ ਹੁੰਦਾ ਜਿਹੜੇ ਬੰਦੇ ਦੀ ਵੀਡੀਓ ਹੁੰਦੀ। ਅਗਰ ਤੁਸੀਂ ਇਹਨਾਂ ਦੀ ਤਸਵੀਰ ਦੱਸੋ, ਇਹਨਾਂ ਦਾ ਨੰਬਰ ਦੱਸੋ, ਤਾਂ ਅਸਾਂ ਇਹਨਾਂ ਦੀ ਸ਼ਨਾਖਤ ਜਲਦੀ ਕਰ ਲੈਂਦੇ ਹਾਂ ਵੀ ਆ ਫਲਾਣੇ ਬੰਦੇ ਕਿਸੇ ਨਾਲ ਫਰਾਡ ਕੀਤਾ ਜਾਂ ਦੁੱਖ ਕੀਤਾ, ਉਹਨੂੰ ਲੱਭਣਾ ਸਾਨੂੰ ਆਸਾਨ ਬਣ ਜਾਂਦਾ। ਇਹ ਬਾਈ ਕੋਲੋਂ, ਬਾਈ ਤੇਰਾ ਨਾਂ ਕੀ? ਬਾਈ ਮੁਹੰਮਦ ਅਬਾਸ, ਮੇਰਾ ਨਾਮ ਹੈ। ਅੱਛਾ, ਮੁਹੰਮਦ ਅਬਾਸ, ਹਾਂਜੀ, ਮੇਰੇ ਕੋਲ ਕਾਣਾ ਹੈ। ਉਹ ਮਤਲਬ ਮੁਹੰਮਦ ਅਬਾਸ ਹੈ, ਮਾਸ਼ਾਅੱਲਾ ਪੱਠਿਆਂ ਪਿਛਲੀ ਦਫ਼ਾ ਹੀ ਇਹਨਾਂ ਦੀ ਪੱਠਾਂ ਮੱਖੀ ਚੀਨੀਆਂ ਆਉਣ ਪਈਆਂ, ਰੇਟ ਵੀ ਇਨਸ਼ਾਅੱਲਾ ਇਹਨਾਂ ਦਾ ਮੁਨਾਸਿਬ ਹੁੰਦਾ, ਬਿਲਕੁਲ ਮੱਖੀ ਚੀਨੀਆਂ ਖੱਟੇ ਕਲਾਰੇ ਚੱਲਣ ਪਈਆਂ। ਬੱਕਰਾ ਹੀ ਹੈ, ਇਹ ਬੱਕਰਾ ਵੀ ਬਰੀਡਰ ਇਹਨਾਂ ਨਾਲ ਰੱਖਿਆ ਹੋਇਆ, ਸੈੱਟ ਇਹਨਾਂ ਬਣਾਇਆ ਹੋਇਆ। ਇਹ ਪੱਠਾ ਮਾਸ਼ਾਅੱਲਾ ਵੇਖੋ, ਬਿਹਤਰੀਨ ਪੱਠਿਆਂ ਪਈਆਂ, ਸਾਰੀਆਂ ਦੇ ਕਲਰ ਖੱਟੇ ਚੀਨੇ। ਬਈ ਬਾਸ, ਕਿੰਨੀਆਂ ਪੱਠਾ ਲੈ ਕੇ ਆਏ ਨੇ ਟੋਟਲ? 18 ਹੈ, 18 ਪੱਠਾ ਮਾਸ਼ਾਅੱਲਾ ਖੱਟੀਆਂ ਚੀਨੀਆਂ। ਇੱਕ ਵਿੱਚ ਬਰੀਡਰ ਵੀ ਆ, ਬਰੀਡਰ ਤੁਹਾਨੂੰ ਇੱਕ ਦਫ਼ਾ ਹੋਰ ਵੀ ਕਿਹਾ, ਬਰੀਡਰ ਵੀ ਆ ਖੱਟਾ ਚੀਨਾ ਇਹਨਾਂ ਦੂਜੀਆਂ ਪੱਠਾਂ ਵਿੱਚ। ਗੱਬੜੋ ਖਲੋਤੀ ਹੈ? ਨਹੀਂ ਨਹੀਂ, ਲਾਲ ਲੋਈ। ਅੱਛਾ, ਲੋਈ ਸਹੀ ਸਹੀ ਤੁਹਾਨੂੰ ਜਾਨਵਰ ਤੱਕ ਇੱਕ ਇੱਕ ਕਰਕੇ ਤਸੱਲੀ ਨਾਲ ਚੈੱਕ ਕਰੇ ਨਾ, ਤਾਂ ਕਿ ਤੁਹਾਨੂੰ ਵੇਖਣ ਨਾਲ ਆਸਾਨੀ ਬਣੇ, ਔਰ ਦੁਬਾਰਾ ਕੋਈ ਮਾਲ ਖਰੀਦੋ ਤਾਂ ਉਹਨੂੰ ਸ਼ਨਾਖਤ, ਸਿਆਣਾ ਨੇ ਜੀ ਤੁਹਾਨੂੰ ਸ਼ਨਾਖਤ ਹੋਵੇ ਵੀ ਮੀਆਂ ਕਸੀ ਕਿਹੜਾ ਜਾਨਵਰ। ਮਾਸ਼ਾਅੱਲਾ ਨਕੌੜੇ ਵਾਲੀ ਪੱਠਿਆਂ ਪਈਆਂ, ਬਿਹਤਰੀਨ ਹੈ ਪਈਆਂ। ਅੱਛਾ, ਇਹ ਪੱਠਾ ਟੋਟਲ ਤੇਰੇ ਕੋਲ ਕਿੰਨੀਆਂ? ਵਾਲਾ ਮੇਰੇ ਕੋਲ 18 ਨਾਗ ਖਲੇ ਨੇ, ਇੱਕ ਲੇਲਾ 19 ਨਾਗ ਦੇ ਕੋਲ। ਤੇ ਲੋਕੇਸ਼ਨ ਕਿਹੜੀ ਜਗ੍ਹਾ ਦੀ? ਲੋਕੇਸ਼ਨ ਮੇਰੇ ਲੁੱਡਣ ਸ਼ਹਿਰ ਦੀ ਹੈ। ਲੁੱਡਣ ਸ਼ਹਿਰ ਦਾ? ਬਿਲਕੁਲ, ਲੁੱਡਣ ਸ਼ਹਿਰ ਦਾ। ਬਾਈ ਜਾਨ, ਬਾਈ ਅਬਾਸ ਇਹਦਾ ਨਾਂ ਵੀ ਹੈ। ਇਹ ਪੱਠਾ ਕੀ ਰੇਟ ਮੰਗਦੇ ਮੁਨਾਸਿਬ ਕਰਕੇ? ਵਾਲਾ ਮੁਨਾਸਿਬ ਰੇਟ ਇਹਨਾਂ ਦਾ 14,000 ਰੁਪਇਆ ਪੁੱਠੇ ਨਾਲ ਹੈ, ਜੋ ਸਮਾਂਗੇ ਚਾਵੇ ਲਾ ਦੇ ਖਣਾ ਪਜਾ ਦੇਣਾ ਸਭ ਚਾਰ ਕੇ ਦੇਵੀ ਸਾਹਿਬ। ਅੱਛਾ, ਕਿੰਨਾ ਮੁਨਾਸਿਬ ਕਰਦੇ ਸੀ ਮੈਨੂੰ ਤੂੰ ਤੂੰ ਫਾਈਨਲ ਰੇਟ ਮੰਗ? ਫਾਈਨਲ ਰੇਟ ਇਹਨਾਂ ਨੂੰ 12,500 ਰੁਪਏ ਨਾਲ ਪੱਠਾ ਦੇ, ਜਿਹਨਾਂ ਮੂੰਹ ਫੇਰੀਆਂ ਚੰਗੀਆਂ ਸਾਫ਼ ਸੁਥਰੀਆਂ ਪੱਠਾਂ ਖੜੀਆਂ ਨਾਲ। ਦੋਸਤੋ, ਵਾਕਿਆ ਮਾਸ਼ਾਅੱਲਾ ਪੱਠਾ ਬਿਹਤਰੀਨ ਹੈ, ਰੇਟ ਵੀ ਬਾਈ ਦਾ ਮੁਨਾਸਿਬ ਹੈ, ਕੋਈ ਰੇਟ ਜ਼ਿਆਦਾ ਨਹੀਂ ਹੈ ਪਿਆ। ਪੰਜ ਛੇ ਮਹੀਨੇ ਦੀਆਂ ਪੱਠਾ ਖਲੋਤੀਆਂ ਨੇ, ਬਿਲਕੁਲ ਤਾਂ ਖੱਟੀਆਂ ਚੀਨੀਆਂ ਹਨ। ਦੂਜੀਆਂ ਵੀ ਜਿਹੜੀਆਂ ਤੁਹਾਨੂੰ ਸਾਰੀਆਂ ਮੈਂ ਚੈੱਕ ਕਰਿਆ, 12,500 ਰੇਟ ਇਹਦਾ। ਇਨਸ਼ਾਅੱਲਾ ਕਿਹੜੇ ਬਾਈ ਨੂੰ ਵੀ ਤੁਹਾਨੂੰ ਚਾਹੀਦੇ ਨੇ ਫਾਈਨਲ ਰੇਟ ਇਹ ਵੀ ਇਹਦਾ, ਇਨਸ਼ਾਅੱਲਾ ਦੇ ਨੰਬਰ 'ਤੇ ਰਾਬਤਾ ਕਰੋ। ਇਹ ਤੁਹਾਨੂੰ ਜਿਹੜੇ ਸ਼ਹਿਰ 'ਚ ਆਖੋ ਕਾਰਗੋ ਕਰਾ ਦੇ ਸਨ, ਜਿਹੜੇ ਸ਼ਹਿਰ 'ਚ ਵੇਚ ਦੇ ਸਨ, ਜਾਂ ਇੱਥੇ ਆ ਤਾਂ ਆਪ ਖਰੀਦੋ, ਇੱਥੇ ਆ ਤਾਂ ਤੁਸੀਂ ਖਰੀਦ ਸਕਦੇ ਨੇ। ਬਿਲਕੁਲ, ਨੰਬਰ ਦੇ ਜਾਓ। 0373 9673 9675 850 850 ਇਹਦਾ ਵਟਸਐਪ ਨੰਬਰ ਹੈ ਵੀ, ਮੋਬਾਈਲ ਨੰਬਰ ਹੈ ਵੀ, ਅੱਜ ਕਿਸੇ ਬਾਈ ਨੂੰ ਵੀ ਚਾਹੀਦੇ ਨੇ ਨੰਬਰ 'ਤੇ ਰਾਬਤਾ ਕਰੋ। ਅਤੇ ਦੋਸਤੋ, ਵਿਕਾਸ ਬਾਈ ਕੋਲ ਅੱਜ ਬੱਕਰੇ ਵੀ ਇਹਨਾਂ ਤੋਂ, ਬੱਕਰੇ ਚੈੱਕ ਕਰਾ ਦੇਵਾਂ। ਵਿਕਾਸ ਬਾਈ ਦੇ ਛੋਟੇ ਬੱਕਰੇ 2021 ਦੀ ਕੁਰਬਾਨੀ ਲੱਗਣ ਵਾਲੇ, ਜਾਨਵਰ ਚੈੱਕ ਕਰ ਸਕਦੇ ਨੇ। ਪੱਠਾ ਵੀ ਇਹਨਾਂ ਕੋਲ ਮਾਸ਼ਾਅੱਲਾ ਖਲੋਤੀ, ਇਹਨਾਂ ਨੂੰ ਪੱਠਾ ਵੀ ਚੈੱਕ ਕਰਾ ਦੇ ਨੇ। ਠੀਕ, ਇਸੇ ਤਰ੍ਹਾਂ ਕਰ ਇਹ ਵੇਖੋ ਮਾਸ਼ਾਅੱਲਾ ਨਕੌੜਾ ਬੱਚੇ ਦਾ ਚੈੱਕ ਕਰੋ, ਸਿੰਘ ਬਿਲਕੁਲ ਚਿੱਪੇ ਸਿੰਘ ਹੈ, ਬਰੀਕ ਸਿੰਘ ਹੈ, ਛੱਡ ਦੇ ਜੇ ਝਾਲਰ ਵੀ ਮਾਸ਼ਾਅੱਲਾ ਬਿਹਤਰੀਨ ਹੈ, ਨਕੌੜਾ ਵੀ ਬਿਹਤਰੀਨ ਹੈ। ਵਿਕਾਸ ਇਹਨਾਂ ਦਾ ਰੇਟ ਕੀ ਮੰਗ ਰਹੇ? ਇਹਨਾਂ ਦਾ ਰੇਟ 16,500 ਮੰਗਦੇ ਆ। ਅੱਛਾ, ਦੇਵਣੇ ਕਿਵੇਂ? ਫਾਈਨਲ 14,500 ਲਾ ਲਓ। ਦੋਸਤੋ, 14,500 ਰੇਟ ਕਰ ਰਹੀ ਆ, ਯਾਨੀ ਕਿ 16,500 ਮੰਗ ਰਹੀ ਹੈ, ਕਹਿ ਰਹੀ ਆ ਕਿ 14,500 ਦੇ ਦੇ। ਸੋ ਭਟੋਰੇ ਮੈਂ ਚੈੱਕ ਕਰਾ, ਇਹਨਾਂ ਦੀ ਮਾਸ਼ਾਅੱਲਾ ਪੱਠਾ ਵੀ ਖਲੋਤੀਆਂ ਨੇ, ਇਹ ਤੁਸੀਂ ਚੈੱਕ ਕਰ ਸਕਦੇ ਨੇ। ਇਹਨਾਂ ਕੋਲ ਪੱਠਾ ਮਾਸ਼ਾਅੱਲਾ ਬੜੀਆਂ ਬਿਹਤਰੀਨ ਆਉਂਦੀਆਂ, ਖੂਬਸੂਰਤ ਆਉਂਦੀਆਂ। ਇਨਸ਼ਾਅੱਲਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਮੰਡੀ ਦੇ ਜਾਨਵਰ ਆਉਂਦੇ ਨੇ ਉਹ ਤੁਹਾਨੂੰ ਸਾਰੇ ਸਾਰੇ ਚੈੱਕ ਕਰਾ ਦੇਵਾਂ। ਅੱਜ ਮੰਡੀ ਦੇਖੋ ਥੋੜ੍ਹੀ ਜਿਹਾ ਹਾਲਾਤ ਡਾਊਨ ਹੈ ਪਈ, ਯਾਨੀ ਗਾਹਕ ਦਾ ਰੁਝਾਨ ਬਿਲਕੁਲ ਘੱਟ ਹੈ ਪਈ ਆ। ਇਹਨਾਂ ਦੀਆਂ ਮੈਂ ਮਾਸ਼ਾਅੱਲਾ ਖੱਟੀਆਂ ਚੀਨੀਆਂ ਪੱਠਿਆਂ ਪਈਆਂ।
ਤੁਹਾਡੇ ਵਹੀ ਲਿਆ ਪੱਠੇ ਖਾ ਰਹੇ ਹਾਂ ਉਹਦੀ ਵਜ੍ਹਾ ਤੁਹਾਨੂੰ ਮੂੰਹ ਸਾਫ਼ ਨਜ਼ਰ ਨਹੀਂ ਆਇਆ, ਲੇਕਿਨ ਪੱਠਾ ਮਾਸ਼ਾਅੱਲਾ ਸਾਰੀਆਂ ਬਿਹਤਰੀਨ ਹਨ। ਇਹ ਵੇਖੋ ਸਾਰੀਆਂ ਮਾਸ਼ਾਅੱਲਾ ਨਕਾਉਣਾ ਵਾਲੀਆਂ ਪੱਠਿਆਂ ਨੂੰ ਬਿਹਤਰੀਨ ਖਟੀਆਂ ਅਸਲ ਮਦਰੱਸੇ ਦੇ ਕਲਾਰੇ ਨੇ, ਅਤੇ ਇਨਸ਼ਾਅੱਲਾ ਇਹਨਾਂ ਦਾ ਰੇਟ ਵੀ ਤੁਹਾਨੂੰ ਚੈੱਕ ਕਰ ਰਹੇ ਨੇ। ਵਿਕਾਸ ਇਹਨਾਂ ਦਾ ਰੇਟ ਕੀ? ਰੇਟ ਤਾਂ 15-15 ਹਜ਼ਾਰ। ਅੱਛਾ, ਦੇਵਣੀ ਕਿਵੇਂ? ਸਾਨੂੰ 13.5 ਹਜ਼ਾਰ। 13.5 ਹਜ਼ਾਰ ਨੂੰ 25 ਜਾਨਵਰ। 25 ਜਾਨਵਰ ਇਹਨਾਂ ਦੀ ਉਮਰ ਕਿੰਨੀ ਕਿੰਨੀ ਵਿਕਾਸ? ਉਮਰ ਹੈ 5-5, 6-6 ਮਹੀਨੇ। 6-6 ਮਹੀਨੇ 13.5 ਹਜ਼ਾਰ ਰੇਟ ਹੈ ਮਾਸ਼ਾਅੱਲਾ। ਅਤੇ ਪੱਠਾ ਤੁਹਾਨੂੰ ਚੈੱਕ ਕਰਾ ਦਿੰਦੇ, ਬਿਹਤਰੀਨ ਲੋਕੇਸ਼ਨ ਇਹਨਾਂ ਦੀ ਬਖਸ਼ਣ ਖਾਏ ਭਾਈ। ਅਤੇ ਕਿਸੇ ਬਾਈ ਆ ਕੇ ਤੂੰ ਖਰੀਦਣੀਆਂ ਚਾਹੁੰਦੀ, ਇਹਨਾਂ ਕੋਲ 24 ਘੰਟੇ ਪੱਠਾ ਆਉਂਦੀਆਂ ਹਨ। ਆ ਤੇ ਵੀ ਖਰੀਦ ਸਕਦੇ ਨੇ, ਉਵੇਂ ਤੁਸੀਂ ਮੰਡੀ ਦੇ ਆ ਤੇ ਵੀ ਖਰੀਦ ਸਕਦੇ ਨੇ, ਘਰ ਬਹਿ ਤੇ ਵੀ ਮੰਗਵਾ ਸਕਦੇ ਨੇ। ਹਰ ਤਰ੍ਹਾਂ ਜਾਨਵਰ ਆਉਂਦੇ। ਇਹਦਾ ਨੰਬਰ ਹੈ 0308-9-10-15-38 ਦਾ ਨੰਬਰ ਹੈ। ਇਨਸ਼ਾਅੱਲਾ ਤਾਂ ਕਿਸੇ ਬਾਈ ਨੂੰ ਚਾਹੀਦਾ ਨੰਬਰ 'ਤੇ ਰਾਬਤਾ ਕਰੋ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਕਮੈਂਟ ਕਰਨਾ, ਸ਼ੇਅਰ ਕਰਨਾ।